हेलो फ्रेंड्स, मेरा नाम संजीव कुमार ते मैं ब्यास तो बिलोंग करता। मैं वेस्टर्न ओवरसीज तो पीटी की थी। मेरे 63 ओवरऑल आए ते स्पीकिंग चो 7 आए। मैं वेस्टर्न ओवरसीज बारे अपने फ्रेंड को जानिया। मैं इतने आन के 3-4 इंस्टीट्यूट ते जाके डेमोज ली, फिर मैं वेस्टर्न ओवरसीज डेमो ली, फिर मैं नैक्सट डे मैं ज्वाइन करना आ गया। इन्होंने डेमो बहुत वधिया लगी मैनू। इन्हों का स्टाफ दे समझाउण दा तरीका, पढ़ाउण दा तरीका बहुत वधिया लगा ते मैं ज्वाइन की। फिर मैं आफ्टर 1 मंथ वधिया इन्ना को पॉलिश होया। इन्होंने मेरे लिए वधिया स्ट्रैटेजीज दसियां, क्योंकि मैं आइल्स चो 6 बैंड ते रुक गया सी, मैनू 6.5 चाहिए सी। फिर इन्होंने मैनू दसिया कि तुसीं इदां करो, स्ट्रैटेजीज दसियां किदां मैं इंप्रूव करा अपनी वीकनेस नू। सो वेस्टर्न ओवरसीज ने मैनू रियलिटी टैसट क्लासिस दित्तियां। रियलिटी टैसट होंदे आ इत्थे, ठीक है जी, बूस्ट होंदी आ उहदे नाल अपनी जो अपनी वीकनेस लगती है उहदे बारे आपां पॉलिश कर सकते हैं। ਮੈਨੂੰ ਸਭ ਕੁਛ ਆਪਣੇ ਜੋ ਵੀਕਨੈਸ ਸੀ ਟੈਸਟ ਤੋਂ ਮੈਨੂੰ ਪਤਾ ਲੱਗਦਾ ਗਿਆ, ਕਿਉਂਕਿ ਫਰੀ ਆਫ ਕੋਸਟ ਹੁੰਦਾ ਵੈਸਟਰਨ ਓਵਰਸੀਜ਼ ਦੇ ਸਟੂਡੈਂਟ ਲਈ, ਅਤੇ ਬਹੁਤ ਵਧੀਆ ਉਸ ਤੋਂ ਪਤਾ ਲੱਗ ਜਾਂਦਾ ਕਿੱਥੇ ਬੱਚਾ ਵੀਕ ਕਰਦਾ ਵਾ ਅਤੇ ਉਹ ਇੰਪਰੂਵ ਕਰ ਦਿੰਦੇ ਆ। ਸੋ ਹੁਣ ਮੇਰੇ ਸਪੀਕਿੰਗ 'ਚੋਂ 7 ਆ, ਓਵਰਆਲ 63 ਆ, ਨੋਟ ਲੈਸ ਦੈਨ 6.5, ਅਤੇ ਮੈਂ ਬਹੁਤ ਹੈਪੀ ਹਾਂ। ਮੇਰੀ ਫੈਮਿਲੀ ਵੀ ਬਹੁਤ ਹੈਪੀ ਆ, ਕਿਉਂਕਿ ਮੈਨੂੰ ਮੇਰੀ ਰਿਕੁਆਇਰਮੈਂਟ ਮਿਲ ਗਈ ਜਿੰਨੀ ਮੈਨੂੰ ਚਾਹੀਦੀ ਸੀ। ਇੱਥੋਂ ਦੇ ਟ੍ਰੇਨਰ ਕਮਲ ਮੈਮ ਬੈਸਟ ਮੈਮ ਆ, ਜਿਹੜੇ ਮੇਰੇ ਹੈਲਪ ਕੀਤੀ, ਉਹਨਾਂ ਨੇ ਹਰ ਇੱਕ ਪਾਰਟਸ ਮੈਨੂੰ ਹੈਲਪ ਕੀਤੀ। ਲਾਈਕ ਜਿੱਦਾਂ ਦਾ ਮੈਂ ਸਟੂਡੈਂਟ ਸੀ, ਆਇਲਸ ਦਾ ਲੈ ਕੇ ਉਹਨਾਂ ਨੂੰ ਮੈਂ ਦੱਸਿਆ ਸਭ ਕੁਛ ਆਪਣੀਆਂ ਵੀਕਨੈਸ। ਉਹਨਾਂ ਨੇ ਮੇਰੇ ਅੰਦਰ ਬਹੁਤ ਸਟ੍ਰੈਟੇਜੀਸ, ਮੈਂ ਸੇਮ ਐਸ ਟੀਜ਼ ਉੱਦਾਂ ਹੀ ਕਰਕੇ ਆਇਆ ਪੇਪਰ, ਮੈਂ ਕੁਛ ਆਪਣੇ ਵੱਲੋਂ ਨਹੀਂ ਕੀਤਾ। ਜੋ ਇਹਨਾਂ ਨੇ ਮੈਨੂੰ ਲਾਈਨਾਂ ਦੱਸੀਆਂ, ਜਿੱਦਾਂ ਆਈਡੀਆ ਦਿੱਤੇ ਵੀ ਕਿੱਦਾਂ ਬੋਲਣਾ, ਕਿੱਦਾਂ ਪ੍ਰਜੈਂਟ ਕਰਨਾ ਆਪਣੇ ਆਪ ਨੂੰ PC ਦੇ ਅੱਗੇ, ਤੋ ਮੈਂ ਬਹੁਤ ਖੁਸ਼ ਹਾਂ। ਮੈਂ ਕੋਈ ਐਕਸਟਰਾ ਨਹੀਂ ਕੀਤਾ, ਜਿੱਦਾਂ ਇਹਨਾਂ ਨੇ ਸਮਝਾਇਆ ਮੈਂ ਉਹੀ ਕਰਕੇ ਆਇਆ, ਅਤੇ ਤੁਹਾਡੇ ਸਾਹਮਣੇ ਮੇਰਾ ਸਕੋਰ ਆ, ਬਹੁਤ ਵਧੀਆ ਸਕੋਰ ਆਇਆ। ਮੈਂ ਬਹੁਤ ਹੈਪੀ ਹਾਂ ਅਤੇ ਮੋਰ ਦੈਨ ਸਫੀਸ਼ੀਐਂਟ ਆ ਮੇਰੇ ਲਈ। ਸੋ ਥੈਂਕ ਯੂ ਐਵਰੀਵਨ, ਪਲੀਜ਼ ਵਿਜ਼ਿਟ ਕਰੋ ਇੱਥੇ ਅਤੇ ਡੈਮੋ ਲਓ, ਜੋ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇ, ਤੁਸੀਂ ਇੱਥੋਂ ਆਪਣੇ ਅਚੀਵ ਕਰ ਸਕਦੇ ਹੋ ਲਾਈਫ। ਥੈਂਕ ਯੂ।